ਕਸੀਦਾ ਪੜ੍ਹੀਏ। ਗੁਜਰਾਤ ਦੀ ਧਰਤੀ 'ਤੇ ਪਹਿਲੀ ਦਫ਼ਾ ਪੜ੍ਹਨ ਲੱਗਾ ਅਤੇ ਇਹ ਕਸੀਦਾ ਜਨਾਬ ਲਿਖਿਆ, ਇਹ ਮੇਰਾ ਛੋਟਾ ਭਾਈ ਹੈ ਜ਼ਾਕਰ ਜ਼ਮੀਰ ਹੁਸੈਨ ਜੌਹਰ, ਇਹਨਾਂ ਲਿਖਿਆ ਕਸੀਦਾ ਹੈ। ਮੌਲਾ ਦੀ ਜ਼ੁਬਾਨ 'ਚ ਤਸੀਰ ਅਤਾ ਕਰੇ, ਮੌਲਾ ਕਲਮ 'ਚ ਤਸੀਰ ਅਤਾ ਫਰਮਾਏ ਅਤੇ ਮੈਂ ਸੁਣਾਵਾਂ। ਤਰਸ ਕੀਤਾ ਬਤੂਲ ਦੇ ਪੁੱਤਰ ਨੇ ਜੰਗਲ 'ਤੇ, ਇੰਜ ਕਦਮ ਰੱਖਿਆ। ਇਹ ਹੁਣ ਮੈਂ ਪੜ੍ਹ ਲਵਾਂ ਸਹੀ, ਤੁਰਾਬੀ ਸਾਹਿਬ ਦੁਆ ਕਰਿਆ ਜੇ ਮੈਂ ਪੜ੍ਹ ਵੀ ਲਵਾਂ। ਅੱਛਾ, ਪੁੱਤਰ ਬਤੂਲ ਦਾ ਤੈਨੂੰ ਮੈਂ ਵਸਾਣਾ ਏ, ਪੁੱਤਰ ਬਤੂਲ ਦਾ ਤੈਨੂੰ ਮੈਂ ਵਸਾਣਾ ਬਤੂਲ ਦਾ ਤੈਨੂੰ ਮੈਂ ਵਸਾਣਾ। ਦਰਜਾਤ ਬੁਲੰਦ ਹੁਣ ਸਾਈਂ ਰਹਿੰਦੇ, ਉਹ ਕਦੀ ਕਦੀ ਆਉਂਦੇ ਹੁੰਦੇ ਸਾਣ, ਸ਼ੇਰ ਮੈਂ ਐਡਾ ਪੜ੍ਹਨ ਲੱਗਾ ਅੱਗੇ ਕੱਦ ਹੋਵੇ ਤੇ ਠਹਿ ਜਾ, ਇਹ ਸਾਨੀ ਮੈਂ ਇੰਜ ਦੀ ਪੜ੍ਹਨ ਲੱਗਾ ਕੱਦ ਹੋਵੇ ਤੇ ਠਹਿ ਜਾ। ਨਿਆਜ਼ ਹੁਸੈਨ ਤਵੱਜੋ ਰਹੇ, ਮਜਲਿਸ ਵਾਲੇ ਦਿਨ ਟ੍ਰੇਨਾਂ ਵੀ ਮੇਰੇ ਹਲੇ ਚੋਖੀਆਂ ਲੱਗਦੀਆਂ ਨੇ, ਅੱਗੇ ਪਿੱਛੇ ਮੈਂ ਤਾਂ ਕਦੀ ਨਹੀਂ ਵੇਖੀ। ਪੁੱਤਰ ਬਤੂਲ ਦਾ ਤੈਨੂੰ ਮੈਂ ਵਸਾਣਾ ਏ, ਪੁੱਤਰ ਬਤੂਲ ਦਾ ਤੈਨੂੰ ਮੈਂ ਵਸਾਣਾ ਏ, ਪੁੱਤਰ ਬਤੂਲ ਦਾ ਤੈਨੂੰ ਮੈਂ ਵਸਾਣਾ ਏ, ਨੂਰੀਆਂ ਨੂੰ ਤੇਰੀ ਮਿੱਟੀ ਅੱਗੇ ਮੈਂ ਝੁਕਾਣਾ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀਓ। ਪੁੱਤਰ ਬਤੂਲ ਦਾ ਤੈਨੂੰ ਮੈਂ ਵਸਾਣਾ ਏ, ਨੂਰੀਆਂ ਨੂੰ ਤੇਰੀ ਮਿੱਟੀ ਅੱਗੇ ਮੈਂ ਝੁਕਣਾ, ਵਾਹ ਵਾਹ। ਮੌਲਾ ਕੋਈ ਆਬਾਦ ਨਹੀਂ ਕਰ ਸਕਿਆ, ਡਰ ਕੇ ਚਲੇ ਗਏ ਨਬੀ ਪੈਗੰਬਰ ਰਸੂਲ ਵੱਡੇ ਵੱਡੇ ਲੋਕ, ਨਬੀ ਆਬਾਦ ਨਹੀਂ ਕਰ ਸਕੇ। ਸੱਜਾ ਹੱਥ ਕਰਬਲਾ ਦੇ ਸੀਨੇ ਤੇ ਰੱਖ ਕੇ ਸਖੀ ਫਰਮਾਇਆ, ਜਿਹੜੇ ਤੇਰੇ ਡਰ ਕੋਲੋਂ ਟੁਰੇ ਹੱਥ ਖਾਲੀ ਤੁਰੇ ਹੱਥ ਖਾਲੀ ਨੇ, ਮੇਰੇ ਬੂਹੇ ਉੱਤੇ ਬਣੇ ਖੜੇ ਹੋ ਸਵਾਲੀ ਨੇ। ਉਹਨਾਂ ਸਾਰੇ ਨਬੀਆਂ ਦੀ ਲੱਜ ਨੂੰ ਬਚਾਣਾ ਏ, ਉਹਨਾਂ ਸਾਰੇ ਨਬੀਆਂ ਦੀ
ਲੱਜ ਨੂੰ ਬਚਾਣਾ ਏ ਜੰਨਤ ਤੋਂ ਵੱਧ ਕੇ ਮੈਂ ਜੰਗਲ ਸਜਾਣਾ ਜਿੰਦਰੋ